ਪਾਣੀ ਸਾਡੀਆਂ ਸਰਕਾਰਾਂ ਸਕੂਲਾਂ ਪ੍ਰਤੀ ਵੱਡੇ ਵੱਡੇ ਦਾਅਵੇ ਕਰ ਰਹੀਆਂ ਹਨ ਕਿ ਅਸੀਂ ਸਿੱਖਿਆ ਦੇ ਖੇਤਰ ਨੂੰ ਉੱਚਾ ਲੈ ਕੇ ਜਾਣਾ ਹੈ ਪਰ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਿਹੰਡਾ ਦੇ ਪਿੰਡ ਮਾਈਸਰਖਾਨਾ ਵੇਖੇ ਜਿੱਥੇ 스마트 ਸਕੂਲ ਬਣਿਆ ਹੋਇਆ ਹੈ ਤੇ 스마트 ਸਕੂਲ ਦਾ ਕੀ ਹਾਲ ਹੈ ਤੁਸੀਂ ਖੁਦ ਹੀ ਦੇਖ ਲਓ ਇਸ ਸਕੂਲ ਦੇ ਅੰਦਰ ਸਾਰੇ ਪਿੰਡ ਦਾ ਪਾਣੀ ਇਕੱਠਾ ਹੋ ਕੇ ਸਕੂਲ ਦੇ ਅੰਦਰ ਵੜ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਕੂਲ ਦੇ ਅੰਦਰ ਕਿਸ ਤਰ੍ਹਾਂ ਪਾਣੀ ਫਿਰ ਰਿਹਾ ਹੈ ਤੇ ਸਰਕਾਰ ਇਹ ਇਨ ਸਕੂਲਾਂ ਪ੍ਰਤੀ ਕਿੰਨਾ ਗਸਤਾਰ ਹੈ ਤੁਹਾਨੂੰ ਖੁਦ ਹੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਲੱਖਾਂ ਕਰੋੜਾਂ ਰੁਪਏ ਲਾ ਕੇ ਬਣਾਈਆਂ ਇਹਨਾਂ ਬਿਲਡਿੰਗਾਂ ਦੇ ਅੰਦਰ ਜੀ ਇਸ ਤਰ੍ਹਾਂ ਪਾਣੀ ਛੱਪੜ ਦੀ ਤਰ੍ਹਾਂ ਫਿਰਨਾ ਹੈ ਤਾਂ ਫਿਰ ਇੰਨੇ ਪੈਸੇ ਲਾਉਣ ਦਾ ਜਾਂ ਵੱਡੇ ਵੱਡੇ ਦਾਅਵੇ ਕਰਨ ਦਾ ਕੀ ਫਾਇਦਾ ਇਹ ਬਿਹੰਡਾ ਦੇ ਪਿੰਡ ਮਾਈਸਰਖਾਨਾ ਦਾ ਸਰਕਾਰੀ ਸਕੂਲ ਹੈ ਜਿੱਥੇ ਅੰਦਰ ਕਾਫੀ ਅੰਦਰ ਤੱਕ ਕਮਰਿਆਂ ਦੇ ਵਿੱਚ ਅੰਦਰ ਤੱਕ ਪਾਣੀ ਭਰਿਆ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਤੇ ਵੈਸੇ ਤਾਂ ਇਸ ਸਕੂਲ ਨੂੰ ਸਮਾਰਟ ਸਕੂਲ ਕਹਿੰਦੇ ਹਨ ਪਰ ਤੁਸੀਂ ਦੇਖ ਰਹੇ ਹੋ ਸਮਾਰਟ ਕਿੰਨਾ ਕੁ ਸਮਾਰਟ ਲੱਗ ਰਿਹਾ ਤੁਹਾਨੂੰ ਇਹ ਅੰਦਰ ਇੱਕ ਦਰਿਆ ਦੀ ਤਰ੍ਹਾਂ ਪਾਣੀ ਵਗ ਰਿਹਾ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹਿੰਡਾ ਦੇ ਪਿੰਡ ਮਾਇਸਰ ਕਾਨਾ ਦੇ ਸਮਾਰਟ ਸਕੂਲ ਦੀਆਂ ਇਹ ਦੇਖੋ ਸਕੂਲ ਦੇ ਬਾਹਰ ਦਾ ਦ੍ਰਿਸ਼ ਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਮਾਇਸਰ ਖਾਨਾ ਦੇ ਮੋਢਲੇ ਸਿਹਤ ਕੇਂਦਰ ਦੇ ਅੰਦਰ ਮੋਢਲਾ ਸਿਹਤ ਕੇਂਦਰ ਵੀ ਇੱਥੇ ਬਿਲਕੁਲ ਨਾਲ ਹੀ ਹੈ ਜੋ ਖੁਦ ਬਿਮਾਰ ਦਿਖਾਈ ਦੇ ਰਿਹਾ ਹੈ ਤੁਹਾਨੂੰ ਲੈ ਕੇ ਚੱਲਦੇ ਹਾਂ ਮੋਢਲਾ ਸਿਹਤ ਕੇਂਦਰ ਦੇ ਅੰਦਰ ਇਹ ਹੈ ਬਠਿੰਡਾ ਦਾ ਮੋਢਲਾ ਸਿਹਤ ਕੇਂਦਰ ਜੋ ਤੁਹਾਨੂੰ ਦਿਖਾਉਣਾ ਹੈ ਕਿ ਖੁਦ ਹੀ ਬਿਮਾਰ ਹੈ ਤੇ ਲੋਕਾਂ ਦਾ ਇਲਾਜ ਇਸ ਨੇ ਕੀ ਕਰਨਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਹੁਣ ਅਸੀਂ ਮੋਢਲੇ ਸਿਹਤ ਕੇਂਦਰ ਦੇ ਅੰਦਰ ਜਾ ਰਹੇ ਹਾਂ ਤੁਹਾਨੂੰ ਦਿਖਾਉ ਰਹੇ ਹਾਂ ਕਮਰੇ ਦੇ ਅੰਦਰ ਕਿਸ ਤਰ੍ਹਾਂ ਪਾਣੀ ਭਰੇ ਹੋਏ ਦਿਖਾਈ ਦੇ ਰਹੇ ਤੁਸੀਂ ਦੇਖ ਲਓ ਹਰੇ ਬਾਈ ਤੱਕ ਜੰਮੀ ਹੋਈ ਹੈ ਪਾਣੀ ਦੇ ਅੰਦਰ ਕਾਫੀ ਪੁਰਾਣਾ ਪਾਣੀ ਖੜਾ ਦਿਖਾਈ ਦੇ ਰਿਹਾ ਤੁਸੀਂ ਦੇਖ ਰਹੇ ਹੋ ਇਹ ਮੋਢਲੇ ਸਿਹਤ ਕੇਂਦਰ ਦੀਆਂ ਮਾਇਸਰ ਖੰਡੇ ਦੀਆਂ ਤਸਵੀਰਾਂ ਅੰਦਰ ਤੱਕ ਤੁਹਾਨੂੰ ਦਿਖਾ ਰਹੇ ਹਾਂ ਜੋ ਖੁਦ ਹੀ ਬਿਮਾਰ ਦਿਖਾਈ ਦੇ ਰਹੇ ਤੁਸੀਂ ਦੇਖ ਰਹੇ ਹੋ ਮਾਇਸਰ ਖਾਨਾ ਦੇ ਇਸ ਸਕੂਲ ਮੋਢਲੇ ਸਿਹਤ ਕੇਂਦਰ ਦੀਆਂ ਤਸਵੀਰਾਂ ਕੀ ਹਾਲਾਤ ਨੇ ਇਸਕਿੰਦਰ ਦੀ ਸਰਕਾਰਾਂ ਕਿੰਨੀਆਂ ਕਿ ਮੋਢਲੇ ਸਿਹਤ ਕੇਂਦਰਾਂ ਵਾਲੀ ਸਤਰ ਨੇ ਤੁਸੀਂ ਦੇਖ ਰਹੇ ਹੋ ਮੈਸਰਖਾਨਾ ਦੇ ਇਸ ਮੋਢਲੇ ਸਿਹਤ ਕੇਂਦਰ ਜੋ ਖੁਦ ਬਿਮਾਰ ਤੁਹਾਨੂੰ ਦੇਖ ਰਹੇ ਹੋ ਕਿ ਖੁਦ ਹੀ ਬਿਮਾਰ ਹੈ ਇਸ ਨੂੰ ਖੁਦ ਇਲਾਜ ਦੀ ਜ਼ਰੂਰਤ ਹੈ ਤੇ ਇਹ ਕਿਸੇ ਨੂੰ ਇਲਾਜ ਕੀ ਦੇਵੇਗਾ ਇਹ ਮੈਸਰਖਾਨਾ ਦਾ ਮੋਢਲਾ ਸਿਹਤ ਕੇਂਦਰ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਇਸ ਦਾ ਇਲਾਜ ਕਰੇ ਫਿਰ ਉਸ ਤੋਂ ਬਾਅਦ ਵੀ ਅੱਗੇ ਲੋਕਾਂ ਦਾ ਇਲਾਜ ਕਰੇਗਾ ਦੇ ਇਸ ਦਾ ਸਭ ਤੋਂ ਪੰਜ ਹੈ। ਜੀ ਸਰਕਾਰੀ ਹਸਪਤਲ ਆ ਜੀ। ਸਰਕਾਰੀ ਹਸਪਤਲ ਪਿੰਡ ਮੈਸਰਖਾਨਾ ਦਾ। ਹੂੰ ਪਿੰਡ ਮੈਸਰ। ਜੀ। ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਸਾਡੇ ਪਾਣੀ ਦਾ ਹਾਲ ਦੇਖ ਲਓ ਹੁਣ ਸਾਨੂੰ ਪਤਾ ਹੀ ਲੱਗਿਆ ਰਿਹਾ ਹੈ। ਵੀ ਕਿਵੇਂ ਚੱਲ ਰਿਹਾ ਹੈ। ਅਸੀਂ ਮਹਿਕਮੇ ਨੂੰ ਅਪੀਲ ਕਰਦੇ ਵੀ ਸਾਡੇ ਇਹ ਪਾਣੀ ਦਾ ਹੱਲ ਕੀਤਾ ਜਾਵੇ। ਉਧਰ ਬੱਗ ਬਾਕਸ ਪਾਇਆ ਰਿਹਾ ਹੈ ਉਧਰ ਸਰਕਾਰੀ ਸਕੂਲ ਦਾ ਬਹੁਤ ਬੁਰਾ ਹਾਲ ਆ। ਆ ਰਹੇ ਪਿੰਡਾਂ ਦਾ ਨਿਕਾਸੀ ਪਾਣੀ ਇੱਥੇ ਆਵੜਿਆ ਸਕੂਲ ਦੇ ਮਗਰ ਐਨਾ ਪਾਣੀ ਖੜਪੀ ਹੋ ਰਿਹਾ ਜਦੋਂ ਮੀਂਹ ਪੈ ਜਾਂਦਾ। ਉਦੋਂ ਜੀ ਇਹ ਪੂਰੇ ਭਿੰਡਾ ਸਰਗਰਮੀ ਦੇ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ